ਕਿਸੇ ਦੇ ਕੋਲ ਕੋਈ ਚੀਜ਼ ਐਕਸਟਰਾ ਪਈ ਹੈ ਤੇ ਮੈਂ ਉਹ ਚੀਜ਼ ਉਹਦੇ ਕੋਲੋਂ ਖੋਲੀ ਮੇਰਾ ਫਾਇਦਾ ਹੋ ਗਿਆ ਜ਼ਿੰਦਗੀ 'ਚ ਬਸ ਨਾ ਇਹ ਐਕਸਟਰਾ ਐਕਸਟਰਾ ਚੀਜ਼ਾਂ ਹੀ ਚੁੱਕਣੀਆਂ ਤੂੰ ਵੀ ਕਦੀ ਆ ਜਾਇਆ ਕਰ ਰੱਬ ਦਾ ਨਾਂ ਲੈਣਾ ਚੰਗਾ ਹੁੰਦਾ ਕੀ ਫਾਇਦਾ ਮੈਂ ਫਾਇਦੇ ਲਈ ਥੋੜੀ ਆਉਣੀ ਆ ਮੈਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਉਣੀ ਆ ਜਿਹਨੇ ਮੈਨੂੰ ਤੇਰੇ ਵਰਗਾ ਪੁੱਤ ਤੇ ਤੇਰੇ ਪਾਪੇ ਵਰਗਾ ਘਰ ਵਾਲਾ ਦਿੱਤਾ ਹੈ ਪੁੱਤ ਤੇ ਠੀਕ ਆ ਪਰ ਆ ਪਾਪੇ ਵਾਲਾ ਨਾ ਰੱਬ ਨੇ ਮਜ਼ਾਕ ਹੀ ਕੀਤਾ ਤੁਹਾਡੇ ਨਾਲ ਛੱਡ ਪਰ ਕੀ ਕਰ ਰਿਹਾ ਓਏ ਇਟਸ ਨਥਿੰਗ ਪਰਸਨਲ ਪਿਓਰ ਬਿਜ਼ਨਸ ਕੋਈ ਆਖਰੀ ਇੱਛਾ ਭਾਜੀ ਤੁਸੀਂ ਦੱਸਿਆ ਕਿਉਂ ਨਹੀਂ ਪੁਲਿਸ ਨੂੰ ਕਿ ਮਿੱਠੂ ਨੇ ਮਾਰਿਆ ਉਹ ਆਪਸ ਦੇ ਮਾਮਲੇ 'ਚ ਐਵੇਂ ਪੁਲਿਸ ਨੂੰ ਇਨਵੋਲਵ ਨਹੀਂ ਕਰੀਦਾ ਸਵਾਰੀਓ ਮੇਰੀ ਨਾ ਥੋੜੀ ਲੱਤ ਖਰਾਬ ਆ ਮੈਂ ਤਾਂ ਬਹਿ ਗਿਆ ਮੈਨੂੰ ਨਾ ਦੋ ਤਿੰਨ ਸੀਟਾਂ ਲੱਗਦੀਆਂ ਆਪਣੀ ਸੀਟ ਤੱਕ ਪਹੁੰਚਣ ਲਈ ਸ਼ੁਕਰ ਹੈ ਜੇ ਤੂੰ ਬਹਿ ਬਹਿ ਕੇ ਜਾਣਾ ਜੇ ਪੈ ਪੈ ਕੇ ਜਾਣਾ ਹੁੰਦਾ ਤਾਂ ਪਹੁੰਚ ਗਿਆ ਸੀ ਮੈਨੂੰ ਅੱਖ ਤਾਂ ਤੇਰਾ ਕਦੇ ਦਿਲ ਨਹੀਂ ਕੀਤਾ ਕੈਨੇਡਾ ਉਹਨੂੰ ਮੈਂ ਦਿੱਤਾ ਸੀ ਪੇਪਰ ਦੋ ਵਾਰੀ ਪਰ ਰਹਿ ਗਈ ਵੈਸੇ ਜਿਹੜੇ ਫੇਲ ਹੋ ਜਾਂਦੇ ਨਾ ਉਹਨਾਂ ਲਈ ਹੋਰ ਤਰੀਕੇ ਵੀ ਹੈਗੇ ਐਹਸਾਨ ਨਹੀਂ ਚਾਹੀਦਾ ਮੈਨੂੰ ਕਿਸੇ ਦਾ ਕਿਸੇ ਤੇ ਐਹਸਾਨ ਕਰ ਤੇ ਸਕਦੀ ਹਾਂ ਨਾ ਪਿਆਰ ਤਾਂ ਜਤਾ ਲੈਣੇ ਮੈਂ ਕੋਸ਼ਿਸ਼ ਕਰੂੰਗਾ ਵਿਆਹ ਪੱਕਾ ਹੋ ਕੇ ਕਰਾਵਾਂ ਜੀ ਬਸ ਦੋ ਚਾਰ ਧਰਨਿਆਂ ਦੀ ਮੌਲਤ ਦੇ ਦਿਓ ਇਹ ਦੁਨੀਆ ਦਾ ਅਸੂਲ ਹੈ ਕਿ ਤੁਸੀਂ ਜੋ ਵੀ ਕੰਮ ਕਰੋ ਉਹਦਾ ਹਿਸਾਬ ਤੁਹਾਨੂੰ ਇਸ ਜਨਮ 'ਚ ਹੀ ਦੇਣਾ ਪੈਂਦਾ ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ ਰੋਟੀ ਖਾ ਲੈ ਭੁੱਖ ਨਹੀਂ ਵੇ ਖਾ ਲੈ ਤੂੰ ਵੀ ਕਿਸੇ ਮਾਂ ਦਾ ਪੁੱਤ ਹੈ ਇੱਕ ਵਾਰ ਸਰਵਣ ਕਹਿ ਦੋ ਅਸੀਂ ਦਿਸ਼ਾ ਨਾਦਾਨ ਪਰਿੰਦੇ